लो जी फाइनली फाइनली बैड आ जिहड़ा घर पहुंच गया। तो देखो तुसीं किहड़ा बैड लिया लग जो आई आ गेट खोल ला हाँ गेट खोल लो इधर ला ਹੋਰ ਬਾਈ ਮਾਸਾ ਨੂੰ ਵੀ ਆਈ ਦੀ ਮਾਂ ਕਿਤੇ ਅਸੀਂ ਵੀ ਮਾਸਾ ਆਇਆ ਬਾਕੀ ਟਾਈਮ ਵੀ ਖਰਾਬ ਹੋਈ ਜਦੋਂ ਮਾਂ ਟਾਈਮ ਨਾਲ ਲੱਗਦੀ ਹੋਈ ਹਾਂ ਇਹ ਤਾਂ ਹੈ ਵੀਰੇ ਉਹ ਦਿਨ ਨੇਰੀ ਨੇ ਵਾਲਾ ਕੰਮ ਡਰਾ ਰੱਖਿਆ ਖੜਨਾ ਪੈ ਗਿਆ ਖੜਨਾ ਪੈ ਜਾਂਦਾ ਹੋਰ ਵੀ ਜਰ ਖੜਨਾ ਵੀ ਚਾਹੀਦਾਗਾ ਮੈਂ ਦੇਖ ਲਿਆ ਗੱਡੀ ਦੇ ਬਹੁਤ ਖੋਲੇ ਨੇ ਹੈ ਅੱਕੇ ਜੇ ਬਦਰੀ ਕੁੱਡੀ ਜੋਈ ਕਰਦਾ ਬਦਰੀ ਅੱਜ ਜੀ ਬੈਠੀ ਹਾਂ ਫੀ ਕੱਪ ਗੱਡੀ ਦੇ ਹੁੰਦੇ ਅਸੀਂ ਚੱਲ ਉਹ ਵੀ ਟਾਈਮ ਸੀ ਅੱਜ ਵਾਲਾ ਵੀ ਟਾਈਮ ਹੀ ਆਹ ਉਹ ਜੈਲੋ ਬਾਕੀ ਜਿਹੜੇ ਬੱਸਾਂ ਚੱਲਦੇ ਆ ਚਲੇ ਰਾਤ ਤੇ ਕਰਨੀ ਅੱਛਾ ਅੱਛਾ ਉਹ ਕਮਾਨੀ ਕਰਦੇ ਹੋਏ ਲੈ ਉਹ ਦੋ ਗੱਡੀਆਂ ਕਰਨੀਆਂ ਨੇ ਜੀ लो जी इत्थे बैड उतारन लगे हुए सी पिंदर ते उहदे दोस्त आए हुए सीगे ते उतार रहे सीगे बैड ते इन्नी मतलब फास्ट डिलीवरी आ ना असी मतलब गद्दे ले उह वी साडे नाल ही पहुँच गए घर ते बैड भी साढ़े नाल दी नाल ही पहुँच गए घर असी पहुँचे नाल दी नाल ही बैड भी घर पहुँच गए मतलब डिलीवरी इन्नी फास्ट करती इन्हां ने ना वधिया लग्या पहला जदों भी कोई फर्नीचर जां कुछ भी होर इलैक्ट्रीशियन दा समान कुछ भी खरीदते सी ना तां दूसरे दिन कहिंदे सी वी दूसरे दिन भी शाम हो जांदी सी इस तरह वेट करना पैंदा सी फोन करना पैंदा सी वी कदों आओगे है ना ये वधिया लग्या मैनू ते चलो जी बैड वगैरह आपां करदे आं सी लै परां हो जां लै भी ले जांगे हुण मुंडे कर देने काम लाए फल ये हौली है कि ज्यादा भारी नहीं है चक्कू इन्ना भारी नहीं है देख इन्ना भारी नहीं है चक्को 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 बार बार सोह आ खुलदा नहीं मार के यार आ मुरद ने की लार के की ना इहदे चलो भाई चलो मम्मी अगे खुलिया कर चल चल आ रखे लो जी जिहड़े ए रूम वाला बैड से ओह बच्चों के रूम च शिफ्ट करता तो मैं नाल दी नाल झाड़ू ला रही सी तो पोचा भी लाऊंगी बैडा के नीचे ना फिर भी कूड़ा निकले नाल मैं इन्नी सफाई रखते फिर भी निकलिया चलो ज़्यादा तो नहीं पर है निकलिया जो तो भी कोई इस तरह है ना आप चकते चीज़ नीचे कूड़ा निकलता गा पर यह सगा भी चलो हूँ मुंडे है बैड सैट करके ला देंगे मेरा सुबह का काम भी थोड़ा हल्का हो जूगा नहीं फिर मैंने सुबह फिर उठ के उही काम है ना
मतलब लेट हो जाना सीगा। देखो सवेरे असी गद्दे लैने भी जाना, फिर मैनू ये सीगा भी चलो जिहड़ा काम हुण खत्म हुंदा। ਮੈਨੂੰ ਤਾਂ ਹੁਣ ਐਂ ਹੋ ਗਿਆ ਕਿ ਮੈਂ ਕੱਪੜੇ ਚੁੱਕੂੰਗੀ ਗਾਹ ਪਿਆ ਅਤੇ ਉੱਧਰ ਬੈੱਡ ਵੀ ਸੈੱਟ ਕਰਕੇ ਲਾਉਣਾ ਪਊ ਅਤੇ ਇੱਧਰ ਪੋਚਾ ਲਾ ਤਾ ਮੈਂ, ਤਾਂ ਕਰਕੇ ਜੀ ਹੁਣ ਲਾਵਾਂਗੇ ਬੈੱਡ ਕਿਉਂਕਿ ਹੁਣ ਹੈਗੇ ਨੇ ਮੁੰਡੇ ਲਾ ਦੇਣਗੇ, ਫਿਰ ਸੁਬਾਹ ਔਖਾ ਹੋ ਜਾਣਾ। ਬਾਕੀ ਮੈਨੂੰ ਇਹ ਵੀ ਹੁਣ ਚਲੋ ਸਮਝੂਗਾ, ਫਿਰ ਸੁਬਾਹ ਮੇਰਾ ਕੰਮ ਥੋੜ੍ਹਾ ਜਿਹਾ ਹਲਕਾ ਹੋ ਜੂ। ਉੱਧਰ ਦੇਖੋ ਪੂਰਾ ਹੀ ਗਾਹ ਪਿਆ ਪਿਆ, ਬਾਹਰ ਵੀ ਦਿਖਾਉਂਦੇ ਤੁਹਾਨੂੰ, ਦੇਖੋ ਸੋਫੇ ਸੁਬਾਹ ਦਾ ਕੀ ਹਾਲ ਕਰਦਾ ਕਿਵੇਂ, ਕਿਉਂਕਿ ਇੱਧਰ ਬੈੱਡ ਲੱਗੇ ਨੇ, ਉੱਧਰੋਂ ਅਲਮਾਰੀ ਸੈੱਟ ਕਰੀ ਆ, ਗੱਦੇ ਵਗੈਰਾ ਸੀ ਜਿਹੜੇ ਉਹਦੇ ਪੂਰਾ ਹੀ ਗਾਹ ਪਿਆ ਪਿਆ। ਇੱਧਰ ਵੀ ਦੇਖੋ ਹੁਣ ਮੈਨੂੰ ਐਂ ਹੋਇਆ ਪਿਆ ਵੀ ਇੰਨਾ ਖਲਾਰਾ ਮੈਂ ਕਿਵੇਂ ਸੈੱਟ ਕਰੂੰਗੀ। ਚਲੋ ਜੀ ਜੋ ਵੀ ਹੈ ਫਿਲਹਾਲ ਹੋ ਜੂ ਹੌਲੀ ਹੌਲੀ, ਅਤੇ ਬਸ ਇਹ ਹੁਣ ਅੰਦਰ ਲਾਉਣੇ ਜੀ ਆਪਾਂ। ਹਾਂਜੀ ਆ ਗਈ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਕਲੇਟ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ। ਹੋਰ ਸੁਣਾਓ ਜੀ ਕੀ ਹਾਲ ਚਾਲ ਨੇ। ਅਤੇ ਆਪਾਂ ਫਾਈਨਲੀ ਅੱਜ ਬੈੱਡ ਲੈ ਆਉਂਦਾ ਆ ਗਿਆ, ਘਰ ਪਹੁੰਚ ਗਿਆ, ਤੁਹਾਡੇ ਨਾਲ ਹੀ ਆ ਗਿਆ ਸੀ ਭਾਈ ਛੱਡਣ ਵਾਲਾ ਜਿਹੜਾ ਆਇਆ ਸੀ। ਬਸ ਇੱਕ ਬੈੱਡ ਆਪਾਂ ਇੱਧਰ ਸੈੱਟ ਕਰਤਾ, ਉਹ ਵੀ ਤੁਹਾਨੂੰ ਦਿਖਾਵਾਂਗੇ ਬਾਅਦ 'ਚ, ਸਾਰੀ ਅਪਡੇਟ ਦੇਵਾਂਗੇ ਆਪਣੇ ਘਰ ਦੀ ਕਿ ਕਿੱਧਰ ਲਾਇਆ ਕੀ ਕਰਿਆ, ਅਤੇ ਉਹ ਅਪਡੇਟ ਤੁਹਾਨੂੰ ਬਾਅਦ 'ਚ ਦੇਵਾਂਗੇ। ਪਹਿਲਾਂ ਫਿਲਹਾਲ ਆ ਬੈੱਡ ਆਪਾਂ ਉੱਧਰ ਹੁਣ ਜਿਹੜੇ ਲੈ ਕੇ ਆਏ ਰੂਮ 'ਚ ਕਰਾਉਣੇ ਸੈੱਟ, ਕਿਉਂਕਿ ਹੁਣ ਮੁੰਡੇ ਹੈਗੇ ਨੇ, ਫਿਰ ਸੁਬਾਹ ਬੁਲਾਉਣੇ ਪੈਣਗੇ ਵੀ ਚਲੋ ਹੁਣ ਘਰ ਨੇ ਹੀ ਲਾ ਦਿੰਦੇ। ਬਾਕੀ ਮੇਰਾ ਵੀ ਕੰਮ ਆ, ਸੁਬਾਹ ਥੋੜ੍ਹਾ ਜਿਹਾ ਹਲਕਾ ਪੈ ਜੂਗਾ, ਬਸ ਲਾ ਕੇ ਫਿਰ ਖਾਣਾ ਬਣਾਉਂਗੇ, ਆਟਾ ਗੁੰਨੇ, ਫਿਰ ਸਬਜ਼ੀ ਮੈਂ ਬਣਾ ਕੇ ਗਈ ਸੀਗੀ। ਚਲੋ ਜੀ ਮਿਲਦੇ ਹਾਂ ਥੋੜ੍ਹੀ ਦੇਰ ਬਾਅਦ। ਲਓ ਜੀ, ਨਿਊ ਬੈੱਡ ਵੀ ਫਾਈਨਲੀ ਆਪਣੇ ਰੂਮ ਦੇ ਵਿੱਚ ਲੱਗ ਹੀ ਚੁੱਕੇ ਨੇ ਕਾਫੀ ਦਿਨਾਂ ਦੇ ਵੇਟ ਤੋਂ ਬਾਅਦ। ਅਤੇ ਅੱਜ ਆਪਾਂ ਕੁਝ ਕੁ ਕਮੈਂਟਾਂ ਦੇ ਨਾਮ ਲੈਂਦੇ ਹਾਂ, ਰਿਪਲਾਈ ਵੀ ਦੇਵਾਂਗੇ ਦੋ ਚਾਰ ਦੇ। ਅਤੇ ਪਹਿਲਾਂ ਹੈਗਾ ਜੀ, ਪਹਿਲਾਂ ਤਾਂ ਮੈਂ ਸੌਰੀ ਕਹਿੰਦੀ ਦੀਦੀ, ਕੱਲ੍ਹ ਮੈਂ ਤੁਹਾਡਾ ਨਾਮ ਲੈਣਾ ਭੁੱਲ ਗਈ, ਸੰਦੀਪ ਕੌਰ ਗਿੱਲ ਫੁੱਲੇ ਵਾਲਾ। ਥੈਂਕ ਯੂ ਸੋ ਮੱਚ ਸੰਦੀਪ ਕੌਰ ਗਿੱਲ ਜੀ। ਅਤੇ ਦੂਸਰਾ ਨਾਮ ਹੈਗਾ ਜੀ ਕੁਲਵਿੰਦਰ ਕੌਰ ਬੋਂਬੇ। ਥੈਂਕ ਯੂ ਸੋ ਮੱਚ ਜੀ ਕੁਲਵਿੰਦਰ ਕੌਰ ਜੀ। ਅਤੇ ਤੁਸੀਂ ਕਹਿੰਦੇ ਸੀ ਗੱਲ ਕਰਨੀ, ਹਾਂਜੀ ਤੁਸੀਂ ਜਦੋਂ ਮਰਜ਼ੀ ਮੇਰੇ ਨਾਲ ਗੱਲ ਕਰ ਸਕਦੇ ਹੋ ਕਿ ਮੈਂ ਫੋਨ ਅਟੈਂਡ ਕਰੂੰਗੀ, ਤੁਸੀਂ ਜਦ ਮਰਜ਼ੀ ਫੋਨ ਲਾ ਲਿਓ। ਤੀਸਰਾ ਹੈਗਾ ਜੀ ਕਿਰਨ ਬਰਾਰ, ਉਹ ਪੁੱਛਦੇ ਸੀ ਤੁਹਾਡੇ ਸਟਿਚਿੰਗ ਕੀ ਚੱਲ ਰਹੀ ਹੈ ਜੀ। ਸਾਡੇ ਸਿੰਪਲ ਸੂਟ ਦੀ 350 ਸਟਿਚਿੰਗ ਆ ਜੀ, ਅਤੇ ਲਾਈਨਿੰਗ ਵਾਲੇ ਦੀ 800 ਰੁਪਇਆ। ਸੰਗਰੂਰ, ਸੁਨਾਮ, ਲਹਿਰਾ, ਇਸ ਤਰ੍ਹਾਂ ਮਤਲਬ ਜਿਹੜੇ ਵੀ ਇੱਥੇ ਇੱਥੇ ਸਾਡੀ ਇੰਨੀ ਸਟਿਚਿੰਗ ਹੀ ਹੈਗੀ, ਬਾਕੀ ਆਪਣੇ ਉਹਦਾ ਹਿਸਾਬ ਆ ਜੀ, ਕੁਛ ਲਗਵਾਉਣਾ ਉਹਦੀ ਸਟਿਚਿੰਗ ਅਲੱਗ ਹੋ ਜਾਂਦੀ, ਪੈਸੇ ਅਲੱਗ ਲੱਗ ਜਾਂਦੇ ਨੇਗੇ। ਬਾਕੀ ਫਿਲਮ ਜਿਹੜੀ ਮਤਲਬ ਨੋਰਮਲ ਆ ਉਹ ਇੰਨਾ ਹੀ ਪ੍ਰਾਈਸ ਆ ਸਾਡੇ ਦਾ ਸਟਿਚਿੰਗ ਦਾ। ਅਤੇ ਆਪਾਂ ਇੱਕ ਹੈਗਾ ਜੀ ਚੌਥਾ ਲੈਂਦੇ ਆਪਾਂ ਨਾਮ ਸਵਰਨ ਕੌਰ, ਉਹ ਕਹਿੰਦੇ ਨੇ ਪਾਣੀ। ਹਾਂਜੀ ਦੀਦੀ, ਪਾਣੀ ਨਹੀਂ ਮੈਂ ਜ਼ਿਆਦਾ ਡੋਲਦੀ ਹੈਗੀ, ਮੈਂ ਤਾਂ ਬਿਲਕੁਲ ਬਹੁਤ ਪਾਣੀ 'ਤੇ ਕੰਟਰੋਲ ਕਰਦੀ ਹਾਂ ਵੀ ਘੱਟ ਡੋਲਾਂ, ਪਰ ਕਦੇ ਕਦੇ ਦੇਖੋ ਹੁਣਾਂ ਹਨੇਰੀਆਂ ਚੱਲ ਰਹੀਆਂ ਨੇ, ਧੋਣਾ ਵੀ ਪੈ ਜਾਂਦਾ, ਬੇੜਾ ਬਹੁਤ ਗੰਦਾ ਹੋਇਆ ਪਿਆ ਸੀਗਾ। ਕੋਈ ਨਹੀਂ ਜੀ, ਅੱਗੇ ਤਾਂ ਧਿਆਨ ਰੱਖਾਂਗੇ, ਥੋੜ੍ਹਾ ਪਾਣੀ ਘੱਟ ਡੋਲਿਆ ਕਰਾਂ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਬਿਲਕੁਲ ਵੀ ਪਾਣੀ ਜਿਹੜਾ ਵੇਸਟ ਨਹੀਂ ਕਰਨਾ ਚਾਹੀਦਾ, ਕਿਉਂਕਿ ਪਾਣੀ ਦਾ ਬਹੁਤ ਜ਼ਿਆਦਾ ਘੱਟ ਗਿਆ ਜੀ। ਦੇਖੋ ਇੰਨੀਆਂ ਮੋਟਰਾਂ ਡੂੰਘੀਆਂ ਲੱਗ ਗਈਆਂ, ਹੈ ਨਾ, ਇੱਕ 300 ਤੋਂ ਵੀ ਉੱਪਰ ਜਿਹੜੀ ਮੋਟਰ ਲੱਗਣ ਲੱਗ ਗਈ ਹੁਣ ਤਾਂ। ਲਓ ਜੀ, ਬੈੱਡ ਹੋ ਗਿਆ ਸੈੱਟ, ਪੇਚ ਵਗੈਰਾ ਸੀ ਜਿਹੜੇ ਇਹਦੇ ਕੱਸਤੇ। ਕੋਸ਼ਿਸ਼ ਕਰੂੰਗੀ ਜੀ ਮੈਂ ਕਦੇ ਤੁਹਾਡੇ ਸਾਰਿਆਂ ਦੇ ਨਾਮ ਲਵਾਂ, ਅਤੇ ਜਿਹਨੇ ਕਿਸੇ ਨੇ ਹੋਰ ਆਪਣਾ ਨਾਮ ਉਹ ਕਰਨਾ ਤਾਂ ਨਾਮ ਅਤੇ ਆਪਣਾ ਪਿੰਡ ਦੱਸ ਦਿਓ ਜੀ। ਦੇਖੋ ਇਹਦਾ ਫਾਈਨਲ ਲੁੱਕ ਹੈਗਾ, ਇਸ ਤਰ੍ਹਾਂ ਲੱਗਦੇ ਇਹ, ਵੈਸੇ ਭਰਿਆ ਭਰਿਆ ਕਮਰਾ ਹੋ ਗਿਆ, ਸੋਹਣਾ ਲੱਗਦਾ ਹੈ ਨਾ। ਬਾਕੀ ਗੱਦੇ ਕੱਲ੍ਹ ਨੂੰ ਆਉਣਗੇ, ਕਿਉਂਕਿ ਥੋੜ੍ਹਾ ਲੇਟ ਹੋ ਗਈ ਸੀ, 4:30 ਤੁਸੀਂ ਘਰੋਂ ਚੱਲੇ ਹੋ, ਫਿਰ ਥੋੜ੍ਹਾ ਲੇਟ ਹੋ ਗਏ ਸੀਗੇ। ਗੱਦੇ ਅਸੀਂ ਕੱਲ੍ਹ ਨੂੰ ਦੇਖ ਕੇ ਲੈ ਕੇ ਆਵਾਂਗੇ, ਜਿਹੜੇ ਉੱਥੇ ਸੀਗੇ ਇਹ ਇਹਨਾਂ ਕੋਲ ਬੈੱਡ ਵਾਲਿਆਂ ਕੋਲ ਉਹ ਹਾਰਡ ਸੀਗੇ, ਮੈਂ ਕਿਹਾ ਥੋੜ੍ਹੇ ਜਿਹੇ ਸੋਫਟ ਜਿਹੇ ਚਾਹੀਦੇ ਨੇ, ਹੈ ਨਾ, ਅਤੇ ਉਹ ਆਪਾਂ ਕੱਲ੍ਹ ਨੂੰ ਲੈ ਕੇ ਆਵਾਂਗੇ। ਬਾਕੀ ਦੇਖੋ ਸਾਫ਼ ਕਰਾਂਗੇ ਸੁਬਾਹ ਇਹਨੂੰ ਇੱਕ ਵਾਰ, ਚਲੋ ਲੱਗ ਗਏ ਸੁਬਾਹ ਸਾਫ਼ ਕਰਕੇ ਫਿਰ ਲਾਉਂ। ਦੇਖੋ 9 ਫੁੱਟ ਏਰੀਆ ਇਹਨੇ ਕਵਰ ਕੀਤਾ ਗਾ, ਅਤੇ 9 ਫੁੱਟ ਦੀ ਹੈ ਜਿਹੜੀ ਬੈਕ ਸਾਈਡ ਆ ਇਹਦੀ। ਚਲੋ ਜੀ, ਆਪਣੇ ਤਾਂ ਖੁੱਲ੍ਹਾ ਕਮਰਾ, ਆਪਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਸੀ ਹੈਗੀ, ਹੈ ਨਾ, ਵੀ ਕਿੰਨੇ ਇੰਚ ਚਾਹੀਦਾ ਜਾਂ ਕਿੰਨੇ ਨਾ, 9 ਫੁੱਟ ਵਗੈਰਾ ਜਿਹੜੇ, ਅਤੇ ਤਾਂ ਕਰਕੇ ਨਾ ਆਪਾਂ ਲੈ ਲਏ। ਕਮਰਾ ਤਾਂ ਰੂਮ ਬਹੁਤ ਖੁੱਲ੍ਹਾ, ਫਿਰ ਵੀ ਦੇਖੋ ਕਾਫੀ ਸਪੇਸ ਬਚਦੀ ਹੈਗੀ, ਇੱਧਰ ਵੀ ਕਾਫੀ ਸਪੇਸ ਹੈਗੀ, ਉੱਧਰ ਨਾਲੋਂ ਬਹੁਤ ਖੁੱਲ੍ਹਾ ਰੂਮ ਆ। ਦੇਖੋ ਆਲੇ ਦੁਆਲੇ ਕਿੰਨੀ ਸਪੇਸ ਹੈਗੀ। ਲਓ ਜੀ, ਲਓ ਜੀ, ਇੱਥੇ ਇਹ ਹੋ ਚੁੱਕਿਆ ਨੈਕਸਟ ਡੇ, ਅਤੇ ਮੈਂ ਲਾ ਰਹੀ ਸੀ ਬਸ ਇਹ ਰੂਮ ਦੇ ਵਿੱਚ ਝਾੜੂ, ਅਤੇ ਇੱਥੋਂ ਨਾ ਅਲਮਾਰੀ ਚੱਕੀ ਸੀਗੀ, ਉੱਥੇ ਬਹੁਤ ਜ਼ਿਆਦਾ ਨੀਚੇ ਇਹਦੀ ਡਸਟ ਇਕੱਠੀ ਹੋ ਗਈ, ਅਤੇ ਦੇਖੋ ਇੱਧਰ ਲਾ ਤੀ ਅਲਮਾਰੀ ਸੈੱਟ ਕਰਕੇ। ਵੈਸੇ ਹਜੇ ਦੇਖਦੇ ਹਾਂ, ਹਜੇ ਕੋਈ ਸੈਟਿੰਗ ਨਹੀਂ ਬੈਠੀ, ਬਸ ਇੱਕ ਵਾਰੀ ਪਹਿਲਾਂ ਵੀ ਇੱਥੇ ਸੀ ਜੀ ਅਲਮਾਰੀ, ਅਤੇ ਇੱਥੇ ਲਾ ਤੀ ਫਿਰ ਬੇਟੇ ਨੇ। ਚਲੋ ਜੀ, ਬਸ ਮੈਂ ਹੁਣ ਝਾੜੂ ਲਾ ਕੇ ਨਾ ਪਹਿਲਾਂ ਮੋਟਾ ਮੋਟਾ ਮਤਲਬ ਬੈੱਡਾਂ ਤੋਂ ਵੀ ਜੋ ਵੀ ਡਸਟ ਆ ਝਾੜੂ ਨਾਲ ਇਕੱਠੀ ਕਰ ਲੂੰਗੀ, ਉਸ ਤੋਂ ਬਾਅਦ ਫਿਰ ਝਾੜੂ ਲਾ ਕੇ ਫਿਰ ਡਸਟਿੰਗ ਕਰੂੰਗੀ ਮੈਂ।
बस ये भी गद्दे गुद्दे ला के बैड सैट कर देंगे। रात असी जिहड़े ए वाले बैडां दे गद्दे सीगे ਉਹ ਰੱਖਤੇ ਸੀ ਜੀ, ਉਹ ਵਾਲੇ ਬੈੱਡਾਂ 'ਤੇ ਅਸੀਂ ਸੌਂ ਗਏ ਸੀਗੇ। ਫਿਰ ਮੈਂ ਕਿਹਾ ਚਲੋ ਸੁਬਾਹ ਤੱਕ ਤਾਂ ਕੋਈ ਗੱਲ ਨਹੀਂ, ਅਤੇ ਬਾਕੀ ਦੇਖੋ ਹੁਣ ਗੱਦੇ ਲੈਣ ਵੀ ਜਾਣਾ ਗਾ। ਬਸ ਮੈਨੂੰ ਇਹ ਵੀ ਮੈਂ ਕੰਮ ਆਪਣੇ ਜਲਦੀ ਜਲਦੀ ਖਤਮ ਕਰ ਲਾਂ। ਮੋਟੇ ਮੋਟੇ ਜਿਹੇ ਕੰਮ ਕਰੇ ਸੀ ਅੱਜ ਤਾਂ ਮੈਂ, ਅਤੇ ਕੁਛ ਤਾਂ ਹਨੇਰੀਆਂ ਬਹੁਤ ਨੇ, ਹਰ ਤੀਜੇ ਦਿਨ ਹਨੇਰੀ ਆ ਜਾਂਦੀ ਹੈ, ਕੀ ਕਰੀਏ, ਬਹੁਤ ਗੰਦ ਪਿਆ ਪਿਆ ਗਾ। ਅਤੇ ਬਾਕੀ ਦੇਖਦੇ ਹਾਂ ਹੁਣ ਅੰਦਰ ਝਾੜੂ ਲਾਉਣ ਤੋਂ ਬਾਅਦ ਫਿਰ ਬਸ ਇੱਧਰ ਬਾਹਰ ਦੇਖੋ ਇੰਨਾ ਜ਼ਿਆਦਾ ਰੇਤਾ, ਜਾਲੀ ਲਗਵਾਈ ਦਾ ਵੀ ਮੈਨੂੰ ਤਾਂ ਲੱਗਦਾ ਵੀ ਕੋਈ ਫਾਇਦਾ ਨਹੀਂ, ਰੇਤਾ ਬਹੁਤ ਜ਼ਿਆਦਾ ਆਉਂਦਾ ਗਾ। ਪਹਿਲਾਂ ਸੀਸੇ ਲਗਵਾਉਣ ਨੂੰ ਕਹਿੰਦੇ ਸੀਗੇ, ਪਰ ਫਿਰ ਕਹਿੰਦੇ ਵੀ ਹੁੰਮਸ ਜ਼ਿਆਦਾ ਹੋ ਜਾਇਆ ਕਰੂਗੀ, ਹੈ ਨਾ, ਗਰਮੀ ਦੇ ਵਿੱਚ ਬਹੁਤ ਅੰਦਰ ਖੜਿਆ ਨਹੀਂ ਜਾਣਾ, ਕਿਉਂਕਿ ਏ ਸੀ ਵੀ ਦੇਖੋ ਸਾਰਾ ਦਿਨ ਨਹੀਂ ਚੱਲਦਾ ਹੈਗਾ। ਲਓ ਜੀ, ਕੰਮਕਾਰ ਹੋ ਗਏ ਆਪਣੇ ਖਤਮ, ਅਤੇ ਹੁਣ ਅਸੀਂ ਜਾਂਦੇ ਹਾਂ ਜੀ ਲਹਿਰੇ ਗੱਦੇ ਦੇਖਣ। ਅਤੇ ਕੱਲ੍ਹ ਹਨੇਰਾ ਵੀ ਹੋ ਗਿਆ ਸੀ, ਜਿਹੜੀ ਸ਼ੋਪ ਤੋਂ ਬੈੱਡ ਲਏ ਸੀਗੇ ਉੱਥੇ ਥੋੜ੍ਹੀ ਜਿਹੀ ਹਾਰਡ ਸੀ ਗੱਦੇ, ਮਤਲਬ ਹਾਰਡ ਪਹਿਲਾਂ ਹੀ ਬਹੁਤ ਸੀ, ਪਹਿਲਾਂ ਵਾਲੇ ਵੀ ਮੇਰੇ ਹਾਰਡ ਹੀ ਨੇ ਇਹ ਗੱਦੇ। ਮੈਂ ਕਿਹਾ ਫਿਰ ਢੋਹੀ ਦੁੱਖਣ ਲੱਗ ਜਾਂਦੇ ਜਦੋਂ ਪਹਿਨੇ ਆ, ਥੋੜ੍ਹੇ ਸੋਫਟ ਜਿਹੇ ਲਵਾਂਗੇ। ਚਲੋ ਜੀ ਚੱਲਦੇ, ਕੰਮ ਕਾਰ ਕਰ ਲਈ ਖਤਮ, ਦੇਖ ਕੇ ਬੈੱਡ ਸ਼ੀਟ ਵੀ ਲੈ ਕੇ ਆਵਾਂਗੇ। ਇਹ ਬੈੱਡ ਸ਼ੀਟ ਤਾਂ ਇੱਥੇ ਵਸਾਈ ਹੋਈ ਬਿਲਕੁਲ ਵੀ ਵਧੀਆ ਨਹੀਂ ਲੱਗਦੀ ਹੈਗੀ, ਹੋਰ ਲੈ ਕੇ ਆਵਾਂਗੇ, ਇੱਕ ਲੈ ਕੇ ਆਵਾਂਗੇ ਫਿਲਹਾਲ ਤਾਂ, ਬਾਕੀ ਫਿਰ ਦੇਖੀ ਜੋ ਕਿ ਹੌਲੀ ਹੌਲੀ ਲੈ ਲਾਂਗੇ। ਅਤੇ ਚਲੋ ਜੀ, ਬਸ ਮੈਂ ਵੀ ਹੋ ਚੁੱਕੀ ਹਾਂ ਤਿਆਰ ਚੜ੍ਹਨ ਫਲਾਈਟ ਦਾ, ਅਤੇ ਚੱਲਦੇ ਆਪਾਂ ਬਾਈਕ ਕਾਹਤੇ ਜਾਵਾਂਗੇ, ਜੇ ਤਾਂ ਕਲੇਰ ਸਾਹਿਬ ਗਏ ਫਿਰ ਤਾਂ ਸਕੂਟੀ, ਜੇ ਬਿੰਦਰ ਗਿਆ ਫਿਰ ਬੁਲਟ। ਚਲੋ ਜੀ ਚੱਲਦੇ, ਉੱਧਰੋਂ ਤਾਂ ਕਸਣ ਕਸਤੇ ਰੱਖ ਦਾਂਗੇ, ਜੇ ਗੱਡੀ ਲੈ ਕੇ ਜਾਵਾਂਗੇ ਫਿਰ ਵੀ ਛੋਟੀ ਗੱਡੀ, ਇੱਕ ਤਾਂ ਏ ਸੀ ਖਰਾਬ ਹੋ ਗਿਆ ਤਾਂ ਕਰਕੇ ਲੈ ਕੇ ਜਾਂਦੇ, ਫਿਰ ਗਰਮੀ ਵਾਲੀ ਲੱਗਦੀ ਹੈ, ਗੱਡੀ ਦਾ ਏ ਸੀ, ਦੋਨਾਂ ਗੱਡੀਆਂ ਦਾ ਏ ਸੀ ਖਰਾਬ ਹੋ ਗਿਆ, ਪਤਾ ਨਹੀਂ ਕੀ ਹੋ ਗਿਆ। ਚਲੋ ਜੀ ਚੱਲਦੇ ਹਾਂ, ਪਹੁੰਚ ਕੇ ਮਿਲਦੇ ਸ਼ੋਪ 'ਤੇ, ਜੇ ਹੋ ਸਕੇ ਉੱਥੇ ਜਾ ਕੇ ਵੀਡੀਓ ਬਣਾਵਾਂਗੇ, ਨਹੀਂ ਫਿਰ ਤੁਹਾਨੂੰ ਸਿੱਧੀ ਘਰ ਗੱਦੇ ਦਿਖਾ ਦਾਂਗੇ ਆ ਕੇ। ਚੱਲੋ ਚੱਲ ਬਈ, ਆਪਾਂ ਤਾਂ ਧੁੱਪ ਵੀ ਬਹੁਤ ਚੜ ਗਈ, ਰੱਬ ਦਾ ਨਾਮ ਲੈ ਕੇ ਧੁੱਪ ਕੋ ਭੁੱਲ ਜਾ, ਚੱਲ ਪਈ ਫੁੱਲ ਬਾਰੇ। ਲਓ ਜੀ ਅਸੀਂ ਤਾਂ ਲਹਿਰੇ ਤੋਂ ਵਾਪਸ ਵੀ ਆ ਗਏ, ਉੱਥੇ ਅਸੀਂ ਕੋਈ ਵੀਡੀਓ ਸ਼ੂਟ ਕੀਤਾ ਨਹੀਂ, ਕਿਉਂਕਿ ਅਸੀਂ ਤਾਂ ਬਸ ਇਕੱਲੇ ਗੱਦੇ ਹੀ ਲਏ ਨੇ, ਗੱਦੇ ਲੈ ਕੇ ਆਉਂਦੇ ਬਸ ਇੱਕ ਦੋ ਨਿੱਕੀਆਂ ਮੋਟੀਆਂ ਚੀਜ਼ਾਂ ਹੋਰ ਲਈਆਂ ਸੀਗੀਆਂ, ਉਹ ਵੀ ਤੁਹਾਨੂੰ ਦਿਖਾ ਦਿੰਦਾ, ਬਸ ਭਾਈ ਲੈ ਕੇ ਆਉਂਦਾ ਰੇਡੀ ਵਾਲਾ ਗੱਦੇ ਪਿੱਛੇ ਸਾਡੇ, ਵੀਡੀਓ ਵੱਡਾ ਨਾ ਹੋਵੇ ਤਾਂ ਕਰਕੇ ਜਲਦੀ ਜਲਦੀ ਦਿਖਾਉਣਾ ਤੁਹਾਨੂੰ। ਬਸ ਇੱਕ ਇਹ ਆਪਾਂ ਲਈ ਹੈ ਜੀ ਬੈੱਡ ਸ਼ੀਟ ਏ ਵਾਲੀ, ਤੁਹਾਨੂੰ ਵਿਛਾਈ ਹੋਈ ਦਿਸ ਜੂਗੀ, ਅਤੇ ਇੱਕ ਆਪਾਂ ਹੋਰ ਕਿਚਨ ਲਈ ਲੈ ਕੇ ਆਏ ਕੁਛ, ਅੱਜ ਕਿਚਨ ਲਈ ਲੈ ਕੇ ਆਏ ਆਪਾਂ ਪਾਰਟੀਆਂ ਚਾਹ ਪੀਣ ਲਈ, ਚਾਹ ਵੀ ਪੀ ਸਕਦੇ ਹਾਂ, ਸਬਜ਼ੀ ਕੂੜੀ ਖਾਂਦੇ ਜਿਵੇਂ ਸਬਜ਼ੀ ਹੈ ਨਾ, ਚਾਰ ਵੱਟੀ ਲੈ ਕੇ ਆਏ। ਕਾਹ ਗੱਡੀ ਸਾਫ਼ ਕਰਨ ਵਾਸਤੇ ਹੈ ਇਸ ਤਰ੍ਹਾਂ, ਵੈਸੇ ਹੋਰ ਵੀ ਕੁਛ ਡਸਟਿੰਗ ਕਰਨੇ ਹੈ ਨਾ ਤਾਂ ਆ ਜੂ ਕੰਮ, ਅਤੇ ਤੁਹਾਡੇ ਲਈ ਲੈ ਕੇ ਆਇਆ ਮਠਿਆਈ। ਮੈਂ ਕਿਹਾ ਚਲੋ ਬੈੱਡ ਲਿਆ ਹੈ ਨਾ, ਮਿੱਠਾ ਤਾਂ ਬਣਦਾ ਹੀ ਹੈਗਾ, ਤਿਆਰ ਲਓ ਜੀ ਖਾਓ ਜੀ ਤੁਸੀਂ ਮਿਲਕ ਕੇਕ। ਚਲੋ ਚਾਹ ਰੱਖ ਗਈ ਸੀ ਨਾ, ਚਾਹ ਦੇ ਬਸ ਇਹੀ ਕੁਛ ਲੈ ਕੇ ਆਇਆ, ਬਸ ਗੱਦੇ ਲੈ ਕੇ ਆ ਜਾਏ ਫਿਰ ਬੈੱਡ ਸ਼ੀਟ ਵੀ,
लो जी अज असी ना दोपहर का खाना नहीं बनाया, समोसे ले आए सीगे सब्जी नाल, ते बस इधर अपने गद्दे भी पहुँच गए, ते मैं कहा चलो पहला थोड़ी जी चाह पी लेने बना के, ते भाई नूं पानी पिला रहे सी जिहड़ा गद्दे लेके आया पिंदर। लो जी आ एक साइड तो मैं बैड की साफ कर ली, ते हुण इहनूं पूरे बैड नूं साफ करके ना फिर ही गद्दे वसाऊंगी, क्योंकि इस तरह नहीं बिछा सकते क्योंकि गर्दा बहुत ज़्यादा इहदे विच, इहनूं आपां साफ करदे पहला। लो जी इहनूं चंगी तरह बैड नूं मैं झाड़ू नाल पहलां साफ कीता, जो भी इहदे विच कूड़ा सी काफ़ी निकलिया गा कूड़ा भी, ते फिर उस तों बाद मैं इहनूं चंगी तरह कपड़े नाल साफ करिया सारे बैड नूं, उस तों बाद जाके गद्दे किते फिर मैं सैट करे नेगे, क्योंकि देखो साफ करना भी जरूरी है ना, इस तरह जे मैं उह कर दिंदी फिर भी औखा सीगा। चलो जी बस हुण आपां करके सफाई इहदी, गद्दे वगैरह ला लेंगे, गद्दे ला के फिर बस बैडशीट बिछाऊंगी, होर मैं हुण कुछ नहीं करदी, बाकी दा करूंगी कल नूं काम, ते बाकी काम बहुत पिया, मेरा मन ना इन्ना घबरा रहा गा काम नूं देख के, ना तो मेरे तो इस तरह कोई काम रखा जाता, तो ना ही मेरे तो होंदा गा, मतलब काम नूं देख के मैं खिज चढ़ते जो काम पिया हों, मैं इस तरह मतलब मेरा मन अक जाता जो काम पे होंगे ने, देखो एक तो है ना कल ने काम करने सारे, तो गद्दे आपां नूं मिले ने जी 6500 दे, 5 इंच गद्दे लए ने फिलहाल, तो आप ज़्यादा तो ले नहीं है, फिर ले लाँगे चलो बहुत पैसा खर्चा गया है ना, बैड अपन 21,500 के बैड पे ने, बैड की मतलब जेडे छड़ के गए 550 रुपये किराया उन्होंने दिता, 250 गद्दे वाले ने दिता, 30,000 के लगभग अपना जोड़ा लग चुकया, फिर गद्दे से जोड़े मैं ठीक जी ले 6500 के ले ले, मैं चलो कोई गल नहीं दूसरे गद्दे भी खराब होए हुए हैं भी चल आप कदे फिर ले लाँगे, गद्दे वधिया से ना 11,000-12,000 के आते हैं भी, चलो ये फिर उधरले पासे रखे जाएंगे। लो जी बस इतने बैडशीट बसाऊंगी मैं, कुशन वगैरह रखूँगी, न्यू बैडशीट है जी मैं 400 रुपए की लैके आई हैंगी, ज़्यादा महंगी नहीं लैके आई, किंग साइज़ नहीं है नॉर्मल साइज़ आ जी। चलो जी फिर अज्ज दे ब्लॉग का तो आप इतने एंड कर दे, वीडियो वधिया लगे जी लाइक करो, नवे मेरे चैनल नूं कर लियो जी सबसक्राइब, ते तुहाडा बहुत बहुत धन्यवाद जी, तुसीं लाइक वधिया कर दिओ जी, चलो जी तुसीं गल मन्नी बहुत बहुत धन्यवाद, प्लीज़ लाइक करके जाया करो जी, देखो थोड़े साथ सपोर्ट दे नाल ही मैं अगे वधना, चलो जी फिर थैंक यू, बाय बाय।